ਸਰਕਾਰ ਤੋਂ ਇਹੀ ਅਪੀਲ ਕਰਦੇ ਹਾਂ ਜੀ ਵੀ ਪਿਤਾ ਜੀ ਨੂੰ ਛੇਤੀ ਤੋਂ ਛੇਤੀ ਰਿਹਾਅ ਕਰਨ ਅਤੇ ਪਿਤਾ ਜੀ ਡੇਰੇ ਸੱਚੇ ਸੌਦਾ 'ਚ ਆਉਣ ਅਤੇ ਦੁਨੀਆ ਦਾ ਸੁਧਾਰ ਹੋਵੇ ਜੀ। ਨਮਸਕਾਰ, ਕਿਆ ਨਾਮ ਹੈ ਆਪਕਾ? ਖੁਸ਼ਪ੍ਰੀਤ ਹੈ ਜੀ। ਖੁਸ਼ਪ੍ਰੀਤ ਜੀ, ਡੇਰਾ ਸੱਚਾ ਸੌਦਾ ਕੋ ਕਿੰਨੇ ਸਮੇਂ ਸੇ ਜਾਣਦੇ ਹੋ? ਸਾਨੂੰ ਹੋ ਗਏ ਜੀ, ਸ਼ਾਦੀ ਹੋਈ ਸੀ ਅਤੇ ਮੈਮ ਜੀ 10 ਸਾਲ ਹੋ ਗਏ ਜੀ ਸਾਨੂੰ ਮੰਨਦੇ ਨੂੰ। ਅੱਜ ਵੀ ਵਿਸ਼ਵਾਸ ਕਰਦੇ ਹੋ? ਹਾਂਜੀ, ਅੱਜ ਵੀ ਵਿਸ਼ਵਾਸ ਹੈ ਜੀ ਪਿਤਾ ਜੀ 'ਤੇ। ਸਾਨੂੰ ਕਿਉਂ ਵਿਸ਼ਵਾਸ ਕਰਦੇ ਹੋ? ਸਾਨੂੰ ਵੀ ਬਦਲਾਵ ਆਇਆ ਜੀ, ਜਿਉਂ ਸ਼ਾਦੀ ਹੋਈ ਸੀ ਜੀ ਸਾਡੀ, ਪਹਿਲਾਂ ਅਸੀਂ ਮੰਨਦੇ ਨਹੀਂ ਸੀ ਜੀ, ਇੱਥੇ ਆ ਕੇ ਸਾਨੂੰ ਸਾਡੇ ਪਿਤਾ ਜੀ ਤੋਂ ਵੀ ਪਤਾ ਲੱਗਿਆ ਵੀ ਪਰਿਵਾਰ ਕੀ ਚੀਜ਼ ਹੁੰਦੀ ਹੈ ਜੀ, ਅਤੇ ਉਹਦੇ ਬਾਰੇ 'ਚ ਸਾਨੂੰ ਸਾਰੀ ਉਹ ਨੌਲੇਜ ਆਈ ਹੈ ਜੀ ਵੀ ਪਿਤਾ ਜੀ ਜਿਵੇਂ ਜਿਵੇਂ ਸਮਝਾਉਂਦੇ ਸੀ ਜੀ ਉਸ ਰਸਤੇ 'ਤੇ ਅਸੀਂ ਚੱਲਦੇ ਸੀਗੇ। ਬੱਚਿਆਂ ਨੂੰ ਬਹੁਤ ਵਧੀਆ ਪਰਵਰਿਸ਼ ਮਿਲਦੀ ਸੀ ਜੀ, ਸਾਨੂੰ ਵੀ ਵਧੀਆ ਪਰਵਰਿਸ਼ ਮਿਲਦੀ ਸੀ ਅਤੇ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਸੀ, ਭਲਾ ਹੀ ਚਾਹੁੰਦੇ ਸੀ। ਕਿਸ ਤਰ੍ਹਾਂ ਦੀ ਸਿਕਸ਼ਾ ਦਿੰਦੇ ਗੁਰੂ ਜੀ? ਗੁਰੂ ਜੀ ਬਹੁਤ ਜ਼ਿਆਦਾ ਸਿਕਸ਼ਾ ਦਿੰਦੇ ਜੀ ਵੀ ਕਿਸੇ ਦਾ ਬੁਰਾ ਨਾ ਕਰੋ ਜੀ, ਜਾਂ ਵੀ ਕਿਸੇ ਦੇ ਬਾਰੇ ਕੁਛ ਵੀ ਨਾ ਬੋਲੋ, ਵੀ ਬਸ ਨਾਰਾ ਲਾਓ ਤੁਸੀਂ ਸਿਮਰਨ ਕਰੋ ਬਸ ਪਿਤਾ ਜੀ 'ਤੇ, ਆਹੀ ਵਿਸ਼ਵਾਸ ਹੈ ਜੀ ਸਾਨੂੰ। ਦੇਸ਼ ਕੇ ਲਈ ਕਿਆ ਯੋਗਦਾਨ ਰਿਹਾ ਗੁਰੂ ਜੀ ਦਾ? ਬਹੁਤ ਵਧੀਆ ਜੀ, ਪਿਤਾ ਜੀ ਨੇ ਬਹੁਤ ਵਧੀਆ ਕੰਮ ਕਰੇ ਨੇ ਜੀ ਉਹਨਾਂ ਵਾਸਤੇ ਵੀ ਵੀ ਜਿਵੇਂ ਜਿਵੇਂ ਵੀ ਪਿਤਾ ਜੀ ਨੇ ਸਫਾਈ ਅਭਿਆਨ ਚਲਾਏ ਜੀ, ਔਰ ਵੀ ਬਹੁਤ ਕੰਮ ਕਰੇ ਜੀ, ਤਾਂ ਕਰਕੇ ਸਾਨੂੰ ਉਹ ਹੈ ਜੀ, ਪੂਰਾ ਵਿਸ਼ਵਾਸ ਹੈ ਜੀ ਪਿਤਾ ਜੀ 'ਤੇ। 3 ਸਾਲ ਹੋ ਗਿਆ, 3 ਸਾਲਾਂ ਦੇ ਅੰਦਰ ਸਮਾਜ 'ਤੇ ਕੀ ਪ੍ਰਭਾਵ ਪਿਆ ਜਦੋਂ ਦੇ ਗੁਰੂ ਜੀ ਨਹੀਂ ਸਮਾਜ? ਬਹੁਤ ਬੁਰਾ ਪ੍ਰਭਾਵ ਪਿਆ ਜੀ, ਦੇਖਦੇ ਹਾਂ ਜੀ ਵੀ ਬਹੁਤ ਵੀ ਆਸੇ ਪਾਸੇ ਵੇਖਦੇ ਹਾਂ ਜੀ ਦੁਨੀਆ 'ਚ ਵੀ ਬਹੁਤ ਬੁਰਾ ਅਸਰ ਪੈ ਰਿਹਾ ਜੀ, ਵੀ ਪਿਤਾ ਜੀ ਹੁੰਦੇ ਸੀ ਤਾਂ ਦੁਨੀਆ ਸੁਧਰੀ ਜਾਂਦੀ ਸੀ ਜੀ, ਹੁਣ ਦੁਨੀਆ ਵਿਗੜਦੀ ਜਾਂਦੀ ਹੈ ਜੀ। ਕੀ ਲੱਗਦਾ ਤੁਹਾਨੂੰ ਸਮਾਜ ਨੂੰ ਗੁਰੂ ਜੀ ਦੀ ਜ਼ਰੂਰਤ? ਹਾਂਜੀ, ਜ਼ਰੂਰਤ ਹੈ ਜੀ। ਇੱਕ ਤਰਫ ਉਹਨਾਂ 'ਤੇ ਆਰੋਪ ਵੀ ਲਗਾਏ ਜਾ ਰਹੇ ਆ, ਉਹਨਾਂ ਬਾਰੇ ਕੀ ਕਹਿਣਾ ਤੁਹਾਡਾ? ਉਹ ਗਲਤ ਹੈ ਜੀ, ਮੀਡੀਆ ਵਾਲਿਆਂ ਦਾ ਕੰਮ ਬਹੁਤ ਜ਼ਿਆਦਾ ਗਲਤ ਹੈ ਜੀ, ਵੀ ਇਹ ਕਰਨਾ ਨਹੀਂ ਚਾਹੀਦਾ ਸੀ, ਜਿਵੇਂ ਪਿਤਾ ਜੀ ਬਹੁਤ ਵੀ ਭਲਾ ਕਰ ਰਹੇ ਸੀ ਲੋਕਾਂ ਦਾ, ਉਹ ਗਲਤ ਹੈ ਜੀ, ਇਹਨਾਂ ਦਾ ਵੀ ਪਿਤਾ ਜੀ 'ਤੇ ਗਲਤ ਇਲਜ਼ਾਮ ਲਾਉਣਾ ਜੀ। ਸੱਚਾਈ ਕੀ ਹੈ, ਗੁਰੂ ਜੀ ਦਾ ਸੁਭਾਵ ਕਿਵੇਂ ਦਾ? ਸੁਭਾਵ ਬਹੁਤ ਵਧੀਆ ਹੈ ਜੀ ਗੁਰੂ ਜੀ ਦਾ, ਕਿਸੇ ਨੂੰ ਕੋਈ ਕਿਤੇ ਮਾੜਾ ਜਾਂ ਕਿਸੇ ਨੂੰ ਕੋਈ ਉਹ ਵੀ ਨਹੀਂ ਕਰਦੇ ਸੀ, ਬਹੁਤ ਵਧੀਆ ਸੁਭਾਅ ਹੈ ਜੀ ਪਿਤਾ ਜੀ ਦਾ। ਸਰਕਾਰ ਤੋਂ ਕੀ ਮੰਗ ਕਰੋਗੇ ਤੁਸੀਂ? ਸਰਕਾਰ ਤੋਂ ਇਹੀ ਅਪੀਲ ਕਰਦੇ ਹਾਂ ਜੀ ਵੀ ਪਿਤਾ ਜੀ ਨੂੰ ਛੇਤੀ ਤੋਂ ਛੇਤੀ ਰਿਹਾਅ ਕਰਨ ਅਤੇ ਪਿਤਾ ਜੀ ਡੇਰੇ ਸੱਚੇ ਸੌਦਾ 'ਚ ਆਉਣ ਅਤੇ ਦੁਨੀਆ ਦਾ ਸੁਧਾਰ ਹੋਵੇ ਜੀ।